ਲੇਕਿਨ ਵਲਾ ਵੀ ਸਾਕੂ ਨਾ ਚੋਲਿਸਤਾਨੀ ਹੋਣ ਤੇ ਵਡਾ ਮਾਣ ਹੈ ਪਿਆ ਜਿਹੜਾ ਕੱਲ ਅਸਾਂ ਦੇਖਤੇ ਆਏ ਸੇ ਨਾ ਕੀ ਇੱਕ ਪਹਿਲੀ ਗੱਲ ਤੁਸਾਂ ਨੂੰ ਮੈਂ ਦੱਸਾਂ ਕਦਣ ਵੀ ਚੋਲਿਸਤਾਨ ਦਾ ਕੋਈ ਬੰਦਾ ਚੋਲਿਸਤਾਨ ਦਫ਼ਤਰ ਚਲੇ ਗਿਆ ਸੇ ਭਾਈ ਵੀ ਨਾਲ ਹਨ ਕੋਈ ਬੇ ਵੀ ਮਤਲਬ ਨਾ ਦੋਸਤਾਂ ਨਾਲ ਤੇ ਉੱਥਾਂ ਵੀ ਹਰ ਇੱਕ ਬੰਦੇ ਕੋ ਸਾ ਮਿਲਿਆ ਸੇ ਜਿਹਨੀ ਵੀਡੀਓ ਜਿਹੜਾ ਨਾ ਮੇਰੇ ਕੋਲ ਸ਼ੂਟ ਥੀ ਪਈ ਐਡਿਟ ਥੀ ਪਈ ਲੇਕਿਨ ਨਾ ਅਪਲੋਡ ਕਰਾਣ ਤੂੰ ਨਾ ਉਹਨੇ ਸਾ ਕੋ ਮਨਾ ਕੀਤਾ ਉਹ ਕਿ ਤੂੰ ਆਪਣੇ ਕੋਲ ਰੱਖ ਰਿਓ ਉਹ ਕੁ ਮੈਂ ਬਾਅਦ ਦੇ ਦਸ਼ਾ ਮੈਂ ਕਿ ਮੈਂ ਵੀਡੀਓ ਬਣਾਈ ਅਪਲੋਡ ਕਰ ਸਕਦਾ ਉਹ ਆਖੇ ਮੈਨੂੰ ਦਿਖਾ ਜੇ ਤੈਨੂੰ ਦਿਖਾਈ ਹੈ ਨਾ ਆਖਿਆ ਯਾਰ ਅਪਲੋਡ ਨਾ ਕਰੋ ਤੂੰ ਸਰੇ ਕੋਲ ਮੋਬਾਈਲ ਜ ਬੇਸ਼ੱਕ ਪਈ ਰਹੇ ਦਕਲ ਇੱਕ ਦਫਾ ਇਫਤਦਾ ਥੀ ਨੇ ਉਹ ਤੂੰ ਬਾਅਦ ਇਆ ਅਲਾਟਮੈਂਟ ਕੋ ਕੋਈ ਵੀ ਨਹੀਂ ਰੋਕ ਸਕਦਾ ਜਬ ਤੱਕ ਨਹੀਂ ਆਂਦਾ ਅਸਾਂ ਕਈ ਵੀ ਪ੍ਰੂਫ ਨਾਲ ਨਹੀਂ ਆਖ ਸਕਦੇ ਕਿ ਤੁਸਾਂ ਉਹ ਅਲਾਟਮੈਂਟ ਠੀਕ ਗੀਏ ਜਾਂ ਥੀ ਵੈਸੀ ਬਿਸਮਿਲ੍ਲਾਹਿ ਰਹਿਮਨ ਰਹੀਮ ਅਸਲਾਮੁਅਲਿਕ ਦੋਸਤੋ ਕੀ ਹਾਲ ਵਲ ਹੈ ਠੀਕ ਠਾਕ ਹੋ ਤਾਂ ਬੇਸਰ ਠੀਕ ਮਹਾਬਦੁਲ ਮਜੀਦ ਤੁਸਾਂ ਦੇ ਪਹਿਲੇ YouTube ਚੈਨਲ ਮਹਰ ਨਜ਼ਰ तो तभी और अलग कर सही सलामत और खैर खैरियत ना लो तो सारे चैनल को सब्सक्राइब जरूर करीजे क्योंकि सारा चैनल जड़ा ना न्यू है और असा यह चैनल मोनोटाइज थे गिदे कॉल आ गए चलो कॉल को सुन पहले बदने हाल बाल करूँ कभी और रात ना मेरा मोबाइल एक दफा दो दफा और त्रै दफा ढान तो बाद ना मोबाइल ऑन ना थी तो रात सारी मैं कोशिश की थी लेकिन मोबाइल ऑन नहीं थ ਸੁਬਾ ਜਿਹੜਾ ਨਾ ਫਸਟ ਟਾਈਮ ਹੀ ਵਲਾ ਜਿਹੜਾ ਨਾ ਮੈਂ ਅੱਜ ਜੁਮੇ ਦਾ ਦਿਨ ਲਿਆਕਤਪੁਰ ਚਲੇ ਗਿਆ ਮੋਬਾਈਲ ਸੈੱਟ ਕਰਵਾਉਣ ਵਾਸਤੇ ਉਥਾਂ ਵੰਤੇ ਜਿਹੜਾ ਨਾ ਮੋਬਾਈਲ ਖੁਲਵਾਇਆ ਸੀ ਮੋਬਾਈਲ ਦੇ ਅੰਦਰੋਂ ਜਿਹੜਾ ਨਾ ਇਹਦੀ ਬੈਟਰੀ ਦੀ ਚਿਪ ਪੇਟੀ ਪਈ ਮਤਲਬ ਨਾ ਬੈਟਰੀ ਕਰੰਟ ਨਾ ਦੇਂਦੀ ਪਈ ਮੋਬਾਈਲ ਨੂੰ ਜੇਹਦੀ وجہ ਤੋਂ ਮੋਬਾਈਲ ਆਨ ਨਾ ਥਿੰਦਾ ਔਰ ਸਾਰਾ ਪ੍ਰੋਗਰਾਮ ਖਾਇ ਕਿ ਕੱਲ ਖਮਿਸ ਹੀ ਅਸਾਂ ਦਾ ਬਹਾਵਲਪੁਰ ਗਏ ਆ ਸੀ

ਅੱਜ ਉਥਾ ਮਸਜਿਦ ਦੇ ਵਿੱਚ ਜਿਹੜਾ ਨਾ ਉਹਨੇ ਜੁਮਾ ਅਦਾ ਕਰਵਾਈ ਔਰ ਜੁਮਾ ਅਦਾ ਕਰਵਾਤੇ ਨਾ ਜਿਹੜਾ ਨਾ ਵਾਪਸ ਚਲੇ ਗਏ ਸਾਰਾ ਕਿਆ ਪ੍ਰੋਗਰਾਮ ਹੈ ਨਜ਼ਰ ਇੰਡੂ ਜਲਦੋਂ ਸਾਰਾ ਕਿਆ ਪ੍ਰੋਗਰਾਮ ਹੈ ਯੂਅਰ ਕਿ ਐਸਾ ਜਿਹੜਾ ਨਾ ਮੈਂ ਤੇ ਨਜ਼ਰ ਇਹ ਪ੍ਰੋਗਰਾਮ ਬਣਾਇਆ ਸੀ ਕਿ ਅੱਜ ਦਾ ਜਿਹੜਾ ਨਾ ਸੋ ਜੁਮੇ ਦਾ ਵਲੋਗ ਵੀ ਉਥਾ ਵੰਤ ਬਣੇ ਸੂ ਔਰ ਉਥਾ ਮਸਜਿਦ ਵੰਤ ਤੇ ਨਾ ਜਿਹੜਾ ਨਾ ਜੁਮਾ ਅਦਾ ਕਰੇ ਸੂ ਸਾਰਾ ਮੋਬਾਈਲ ਸੈਟ ਨਾ ਹੋਣ ਦੀ ਵਜ੍ਹਾ ਤੋਂ ਅਸਾਂ ਉਥਾ ਜਿਹੜਾ ਨਾ ਨਾ ਵੰਸ ਸਕੇ ਔਰ ਇਹ ਵਲੋਗ ਹੁਣ ਪੇ ਬਣਨੇ ਆ ਕਿਉਂਕਿ ਕੱਲ ਜਿਹੜ ਵੀਰ ਹਾਂ ਉਹ ਦੁਬਾਰਾ ਜਿਵੇਂ ਮਤਲਬ ਨਾ ਤੁਸਾਂ ਨੂੰ ਮੈਂ ਦੱਸਾਵਾਂ ਕਿ ਜਿਹੜੇ ਮਤਲਬ ਨਾਲ ਅਸਾਂ ਆਇਂ ਤੂੰ ਯੂਨੀਵਰਸਿਟੀ ਤੋਂ ਨਿਕਤੇ ਆਸੇ ਚੌਲਸਤਾਨ ਦਫਤਰ ਚਲੇ ਗਿਆ ਸੀ ਉੱਥਾਂ ਵੀਰ ਇੱਕ ਬੰਦੇ ਕੋਲ ਅਸਾਂ ਮਿਲਿਆ ਸੀ ਜਿਹਦੀ ਵੀਡੀਓ ਜਿਹੜਾ ਨਾ ਮੇਰੇ ਕੋਲ ਸ਼ੂਟ ਥੀ ਪੀ ਐਡਿਟ ਥੀ ਪੀ ਲੇਕਿਨ ਨਾ ਅਪਲੋਡ ਕਰਨ ਤੋਂ ਨਾ ਉਹਨੇ ਸਾਕੋ ਮਨਾ ਕੀਤਾ ਉਹ ਆਖੇ ਤੁਸਾਂ ਆਪਣੇ ਕੋਲ ਰੱਖ ਲਿਓ ਉਹਨੂੰ ਮੈਂ ਬਾਅਦ ਦੇ ਦੱਸਾਂ ਮੈਂ ਕਿ ਮੈਂ ਵੀਡੀਓ ਬਣਾਈ ਅਪਲੋਡ ਕਰ ਸਕਦਾ ਉਹ ਆਖੇ ਮੈਨੂੰ ਦਿਖਾ ਜੇ ਤੈਨੂੰ ਦਿਖਾਈ ਹੈ ਨਾ ਉਹ ਆਖੇ ਯਾਰ ਅਪਲੋਡ ਨਾ ਕਰੋ ਤੁਸਰੇ ਕੋਲ ਮੋਬਾਈਲ ਜ ਬੇਸ਼ੱਕ ਪਈ ਰਹੇਗੀ ਤਾਂ ਉਹਨੇ ਮਾਤ ਤੁਸਾਂ ਨੂੰ ਹਕੀਕਤ ਰਸਾਵਾ ਕੇ ਉਹ ਵੀਡੀਓ ਦੇ ਵਿੱਚ ਹੈ ਹੀ ਕਿ ਆ ਯਾਰ ਹੈ ਇਹ ਕਿ ਉਹਨਾਂ ਨੇ ਸਾਕੂ ਇੱਕ ਗੱਲ ਕੀਤੀ ਉਹ ਆਖੇ ਅਲਾਰਟ ਮੈਂ ਤੁਸਾਂ ਨੂੰ ਥੀ ਗਏ ਇਹ ਤਾਂ ਤੁਸਾਂ ਨੂੰ ਪਤਾ ਹੈ ਔਰ ਸਾਕੂ ਨੂੰ ਵੀ ਪਤਾ ਹੈ ਮਤਲਬ ਆਲ ਚੋਲਸਤਾਨੀਆਂ ਨੂੰ ਪਤਾ ਹੈ ਕਿ ਜਬ ਤੱਕ ਵਜ਼ੀਰ-ਏ-ਆਲਾ ਪੰਜਾਬ ਆ ਤੇ ਦਖਲ ਨਹੀਂ ਦਿੰਦਾ ਨਾ ਉਦੋਂ ਤੱਕ ਕੋਈ ਵੀ ਬੰਦਾ ਆਪਣੇ ਪ੍ਰੂਫ ਨਾਲ ਨਹੀਂ ਐਕਸ ਸਕਦਾ ਕਿ ਇਹ ਮੇਰੀ ਜ਼ਮੀਨ ਹੈ ਇਹ ਮੇ ਕੋਲ ਜ਼ਮੀਨ ਪਈ ਹੋਈ ਹੈ ਮੈਂ ਇਹਦਾ ਹਕਦਾਰ ਆ हां 5 ਸਾਲ ਵੀ ਵਜ਼ੀਰ ਆਲਾ ਪੰਜਾਬ ਦਖਲ ਲੈਵਾਂ ਨਾ ਆਵੇ ਤਾਂ ਤੁਸੀਂ ਇਹੀ ਸਮਝੋ ਕਿ ਅਲਾਟਮੈਂਟ ਨਹੀਂ ਥੀ ਲੇਕਿਨ ਦੁਆ ਕਰੋ ਕਿ ਜਲਦੋ ਜਲ ਜਿਹੜਾ ਨਾ ਵਜ਼ੀਰ ਆਲਾ ਆਵਨੇ ਔਰ ਇਹਨਾਂ ਦਾ ਮਤਲਬ ਨਾ ਦਖਲ ਇੱਕ ਦਫਾ ਇਫਤਦਾਾ ਥੀ ਉਹ ਤੋਂ ਬਾਅਦ ਇੰਹ ਅਲਾਟਮੈਂਟ ਕੋਈ ਵੀ ਨਹੀਂ ਰੋਕ ਸਕਦਾ ਜਬ ਤੱਕ ਨਹੀਂ ਆਂਦਾ ਅਸਾਂ ਕਈ ਵੀ ਪ੍ਰੂਫ ਨਾਲ ਨਹੀਂ ਆਖ ਸਕਦੇ ਕਿ ਤੁਸਾਂ ਕੋ ਅਲਾਟਮੈਂਟ ਥੀ ਗਈਏ ਜਾਂ ਥੀ ਵੈਸੀ ਜਬ ਤੱਕ ਦਖਲ ਨਹੀਂ ਚਲਦੇ ਇਹਦਾ ਕੋਈ ਵੀ ਜਿਹੜਾ ਨਾ ਅਸਾਂ ਨਹੀਂ ਆਖ ਸਕਦੇ ਇਹ ਅਲਾਟਮੈਂਟ ਚਲ ਸੇ ਜਾਂ ਕਹਣਾ ਚਲ ਸੇ ਤਾਂ ਦੁਆ ਕਰੋ ਵੀਰ ਕਿ ਜਲਦੋ ਜਲ ਨਾ ਵਜ਼ੀਰ ਆਲਾ ਪੰਜਾਬ ਆਵੈ ਔਰ ਇਹ ਇ ਹਕਤਾ ਕਰਨ ਔਰ ਉਤ ਬਾਦ ਜਿਹੜਾ ਸਭ ਕੋ ਹਕੂਨ ਹੈ ਇਹ ਗੱਲ ਕੀਤੀ ਹੈ ਕਿ ਜਿਹੜੀ ਦਰਖਾਸਤਾਂ ਰਹਿ ਗਏ ਨਾ ਜਿਹੜਾ ਮਤਲਬ ਯੂਨੀਅਨ ਕੌਂਸਲ 78 ਅਫਸਰ ਰਹਿ ਗਏ ਉਹ ਤਕਰੀਬਨ ਅਗਰ ਮਤਲਬ ਨਾ ਪੂਰੀ ਯੂਨੀਅਨ ਕੌਂਸਲ ਨਹੀਂ ਚੱਲ ਸਕਦੀ ਤਾਂ ਅੱਧ ਤੱਕ ਕਨਫਰਮ ਹੈ ਕਿ ਚੱਲ ਵੈਸੀ ਇਹ ਦਖਲ ਮਿਲਣ ਤੋਂ ਬਾਅਦ ਲੇਕਿਨ ਅੱਜ ਇਹਦੀ ਪੇਸ਼ੀ ਹੈ ਅਲਾਟਮੈਂਟ ਦੀ

अनपढ़ भी हैन गवार हैन माल आले भी हैन पे लेकिन वला भी साकु ना चोलستانی होन ते वडा माने पिया जेड़ा कल सए देखते आए से ना क्या हिक पहली गल तो संग मैं देसावा कदन भी चोलिस्तान दा कोई बन्दा करन सरकार दा पैसा नहीं खादा करन عوام दा पैसा नहीं खादा मतलब कनन भी मुल्क को कई तरीके दा नी लुटया और नहीं चोलिस्तान दा कोई मतलब ज्यादातर ਚੋਲਿਸਤਾਨ ਦੇ ਲੋਕ ਆਪਣੇ ਜਿਹੜਾ ਨਾ ਇਹ ਕਿਮੀਆਂ ਮਾਲ ਮੋਵੇਸ਼ੀ થી ਗਿਆ ਇਹ ਜ਼ਿੰਮੇਦਾਰਾ થી ਗਿਆ ਇਹਦੇ ਵਿੱਚ ਰਹਿੰਦੇ ਕਦਨ ਵੀ ਉਹਨੇ ਨਾ ਮਤਲਬ ਇਹ ਮਾਲ ਇਹਦਾ ਆਮ ਆਦਮੀ ਦਾ ਪੈਸਾ ਨਹੀਂ ਖਾਦਾ ਔਰ ਆਪਣੀ ਹੱਕ ਕਲਾਲ ਦੀ ਰੋਜ਼ੀ ਜਿਹੜਾ ਨਾ ਆਪਣੀ ਔਲਾਦ ਨੂੰ ਖਵਾਈਏ ਇਹ ਚੀਜ਼ ਤੇ ਨਾ ਸਾਕੂ ਬੜਾਈ ਜਿਹੜਾ ਨਾ ਮਾਣੇ ਪਿਆ ਕਿ ਸਾ ਆਪਣੀ ਕਰਤੇ ਆਪ ਹੀ ਖਾਂਦੇ ਆ ਕਰਨ ਕਿੰਦੀ ਵੀ ਦੀ ਰੋਜ਼ੀ ਦੇ ਵਿੱਚ ਜਿਹੜਾ ਨਾ ਦੀਦ ਨਹੀਂ ਰੱਖੀ ਤਾਂ ਇੰਦੀ وجہ ਤੋਂ ਸਾਕੂ ਚੋਲਿਸਤਾਨੀ ਹੋਣ ਤੇ ਬਹੁਤ ਜਿਹੜਾ ਨਾ ਮਾਣੇ ਵੀ ਆ